ਮੁਸ਼ਕਲਾਂ ਤੋਂ ਘਬਰਾ ਤੇ ਇਲੈਕਸ਼ਨ ਦੀ ਦੌੜ ਤੋਂ ਬਾਹਰ ਨਾ ਥੀ ਵੋ ਬਿਲਾਵਲ ਭੁੱਟੋ ਦਾ ਨੂਨ ਲੀਗ ਮਸ਼ਵਰਾ ਆਖਿਆ ਆਵਾਮ ਕਹੀਂ ਕਿਸੇ ਦੀ ਕਟਪੁਤਲੀ ਹਕੂਮਤ ਨਹੀਂ ਚਾਹੁੰਦੀ ਜਮਹੂਰੀਅਤ ਮੁਖਾਲਿਫ ਜਮਾਤਾਂ ਮੁਤਹਿਦ ਥੀਂਦੀਆਂ ਪੈਣ ਕੋਈ ਧੌਂਸ ਧਾਂ ਵੀ ਦੇ ਧਮਕੀ ਤੋਂ ਇਲੈਕਸ਼ਨ ਨਹੀਂ ਜਿੱਤ ਸਕਦਾ ਇਲੈਕਸ਼ਨ ਦੀ ਗਹਿਮਾ ਗਹਿਮੀ ਅਰੂਜ ਤੇ ਕਪਤਾਨ ਦੇ ਸ਼ਹਿਰ ਕਾਇਦ ਦੇ ਡੇਰੇ ਕਰਾਚੀ ਦੀਆਂ ਰੋਸ਼ਨੀਆਂ ਬਹਾਲ ਕਰਨ ਦੇ ਪਾਣੀ ਬੋਹਰਾਨ ਹੱਲ ਕਰਨ ਦੇ ਵਾਅਦੇ ਪੁਲਿਸ ਵਿੱਚ ਵੀ ਇਸਲਾਹਤ ਗਿਨਾਵਣ ਦਾ ਦਾਅਵਾ ਇੱਕ ਵਾਰੀ ਵੱਲ ਸ਼ਰੀ ਬਰਾਦਰਾਂ ਤੇ ਖੁੱਲ੍ਹਤੇ ਤਨਕੀਦ ਕਾਰਨਰ ਮੀਟਿੰਗ ਦੇ ਦੌਰਾਨ ਅਸਲੇ ਦੀ ਨੁਮਾਇਸ਼ ਮਹਾਂਗੀ ਪੈ ਗਈ ਮੁਜ਼ੱਫਰਗੜ੍ਹ ਦੇ ਹਲਕਾ NA 186 ਪੀਪਲਸ ਪਾਰਟੀ ਦੇ ਉਮੀਦਵਾਰ ਸਾਬਕ ਵਜ਼ੀਰ ਦਿਫਾਈ ਪੈਦਾਵਾਰ ਸਰਦਾਰ ਅਬਦੁਲ ਕਯੂਮ ਖਾਨ ਜਤੋਈ ਦੇ ਪੁੱਤਰ ਦਾਊਦ ਖਾਨ ਜਤੋਈ ਦੇ ਮੁਹਾਫਿਜ਼ ਦੇ ਖਿਲਾਫ਼ ਮੁਕੱਦਮਾ ਦਰਜ ਕਰ ਦਿੱਤਾ ਗਿਆ ਇਲੈਕਸ਼ਨ ਕਮਿਸ਼ਨ ਦੇ ਜ਼ਾਬਤਾ ਅਖਲਾਕ ਦੀਆਂ ਧੱਜੀਆਂ ਉਡਾਵਣ ਦੀ ਖਬਰ ਵਸੇ ਟੀਵੀ ਤੇ ਨਸ਼ਰ ਥੀਵਣ ਦੇ ਬਾਅਦ DCO ਡੇਰਾ ਗਾਜ਼ੀ ਖਾਨ ਐਕਸ਼ਨ ਘਿਨ ਗਿਦਾ ਡੂ ਯੂਨੀਅਨ ਕੌਂਸਲ ਦੇ ਚੇਅਰਮੈਨ ਕੋ ਸ਼ੋ ਕਾਜ਼ ਨੋਟਿਸਿਸ ਜਾਰੀ ਕਰ ਦਿੱਤੇ ਰਹੀਮ ਯਾਰ ਖਾਨ ਦੇ ਮਕਾਮੀ ਇਲਾਕੇ ਜ਼ਮੀਨ ਦੇ ਤਨਾਜ਼ੇ ਤੇ ਸੋਲੰਗੀ ਬਰਾਦਰੀ ਦੇ ਇੱਕ ਜ਼ਾਲਿਮ ਤੇ ਬਾ ਅਸਰ ਵਡੇਰੇ ਦਾ ਆਪਣੇ ਸਾਥੀਆਂ ਸਮੇਤ ਜਾਵੇਦ ਨਾਂ ਦੇ ਸ਼ਹਿਰੀ ਤੇ ਹਮਲਾ ਪਹਿਲੇ ਲਹੂ ਲਿਹਾਨ ਕਿਤਾਬ ਵਾਲੋਂ ਦੀਆਂ ਨੂਹੇ ਹੱਥੇ ਦੀਆਂ ਉਂਗਲੀਆਂ ਕੱਟ ਤੇ ਨਹਿਰ ਦੇ ਸੱਟ ਛੋੜੀਆਂ ਵੱਲ ਵੀ ਦਿਲ ਨਾ ਭਰਿਆ ਤਾਂ ਫਾਇਰਿੰਗ ਕਰ ਦਿੱਤੀ ਅਹਿਲੇ ਖਾਨਾ ਦਾ ਚੀਫ ਜਸਟਿਸ ਸੁਆਜ਼ ਖੁਦ ਨੋਟਿਸ ਦਾ ਮੁਤਾਲਬਾ